ਲੈ ਵੀ ਮਿੱਤਰੋ, ਆਹ ਵੀਡੀਓ ਦੇਖ ਕੇ ਤੁਹਾਨੂੰ ਜ਼ਿੰਦਗੀ ਪਿਆਰੀ ਲੱਗੂ। ਚਾਹੇ ਇਨਸਾਨ ਹੈ, ਚਾਹੇ ਜਾਨਵਰ ਹੈ, ਚਾਹੇ ਜੀਵ ਹੈ ਜਾਂ ਕੋਈ ਪੰਛੀ ਹੈ, ਉਹਦਾ ਸਮਾਂ ਪੂਰਾ ਹੋ ਜਾਂਦਾ ਨਾ, ਜ਼ਿੰਦਗੀ ਪੂਰੀ ਹੋ ਜਾਂਦੀ ਹੈ, ਤਾਂ ਫਿਰ ਕੋਈ ਨਾ ਕੋਈ ਬਹਾਨਾ ਬਣਦਾ। ਅਤੇ ਫਿਰ ਜਦੋਂ ਮੌਤ ਆਉਂਦੀ ਹੈ ਤਾਂ ਕੁਝ ਇਸ ਤਰ੍ਹਾਂ ਦਾ ਹੁੰਦਾ। ਚਲੋ ਇਨਸਾਨ ਹੁੰਦੇ ਆ, ਇਨਸਾਨ ਇਨਸਾਨ ਕੋਲ ਬਹਿੰਦੇ ਆ, ਸਮਝ ਹੁੰਦੀ ਹੈ, ਆਪਾਂ ਹਸਪਤਾਲ ਲੈ ਜਾਂਦੇ ਹਾਂ, ਪਰ ਜਿਹੜੇ ਜੀਵ ਜਾਨਵਰ ਹੁੰਦੇ ਆ ਇਹਨਾਂ ਨੂੰ ਕਿਹਨੇ ਲਿਜਾਣਾ। ਸੋ ਮੈਂ ਰਸਤੇ ਦੇ ਵਿੱਚ ਆ ਰਿਹਾ ਸੀਗਾ, ਚੂਹਾ ਗੋਲ ਗੋਲ ਘੁੰਮੀ ਜਾਂਦਾ ਸੀ। ਸੋ ਇਹਦਾ ਸਮਾਂ, ਇਹਦਾ ਅੰਤ ਜਿਹੜਾ ਨਜ਼ਦੀਕ ਆ ਗਿਆ। ਸੋ ਕੋਈ ਇਹਦੇ ਸੱਟ ਨਹੀਂ ਲੱਗੀ, ਕੋਈ ਇਹਨੇ ਜ਼ਹਿਰੀਲੀ ਦਵਾਈ ਨਹੀਂ ਖਾਧੀ, ਕਿਉਂਕਿ ਜੇ ਖਾਧੀ ਵੀ ਹੁੰਦੀ ਤਾਂ ਇੰਨਾ ਟਾਈਮ ਜਿਹੜਾ ਲੱਗਦਾ ਨਹੀਂ, ਘੱਟੋ ਘੱਟ 5-7 ਮਿੰਟ ਤਾਂ ਮੈਂ ਜਿਹੜਾ ਇਹਦੇ ਲਈ ਖੜਾ ਰਿਹਾ। ਬਾਕੀ ਕੋਈ ਮੂੰਹ 'ਚੋਂ ਨਾ ਕੋਈ ਝੱਗ ਸੀ, ਕਹਿਣ ਤੋਂ ਭਾਵ ਕੋਈ ਪੁਆਇੰਟ ਹੈ ਹੀ ਨਹੀਂ ਸੀ ਵੀ ਇਹਨੇ ਕੋਈ ਜ਼ਹਿਰੀਲੀ ਦਵਾਈ ਖਾਧੀ, ਅੱਜ ਕੱਲ੍ਹ ਚੂਹੇ ਖਾਂਦੇ ਵੀ ਨਹੀਂ। ਸੋ ਇੰਨਾ ਕੁ ਜ਼ਰੂਰ ਲੱਗਦਾ ਸੀ ਵੀ ਕਿਤੇ ਨਾ ਕਿਤੇ ਇਹਨੇ ਭੱਖੜਾ ਖਾਧਾ ਹੋਊ ਜਿਹੜਾ ਇਹਦੇ ਮੂੰਹ 'ਤੇ ਲੱਗ ਗਿਆ। ਸੋ ਮੂੰਹ 'ਤੇ ਜ਼ਰੂਰ ਆਪਦਾ ਪੈਰ ਜਿਹਾ ਮਾਰਦਾ ਸੀ। ਸੋ ਗੱਲਾਂ ਦੋ ਹੀ ਸੀ, ਜਾਂ ਤਾਂ ਕੰਮ ਜਿਹੜਾ ਇਹਦਾ ਨੇੜੇ ਲੱਗ ਗਿਆ, ਜਮਰਾਜ ਦਿਸਦਾ ਇਹਨੂੰ ਗੋਲ ਗੋਲ ਹੀ ਜਿਹੜਾ ਘੁੰਮੀ ਜਾਂਦਾ, ਨਾ ਡਰਦਾ ਬਿਲਕੁਲ, ਮੈਂ ਲਵੇ ਖੜ ਗਿਆ ਸੀ ਇਹਦੇ, ਕੋਈ ਖੜਕਾ ਹੁੰਦਾ ਨਾ ਭੱਜਦਾ, ਬਸ ਗੋਲ ਗੋਲ ਘੁੰਮਦਾ, ਲਗਾਤਾਰ ਘੁੰਮੀ ਜਾਂਦਾ। ਜਦੋਂ ਹੰਬ ਜੇ ਜਾਂਦਾ, ਖੜ ਜਾਂਦਾ, ਝਾਕਦਾ ਥੋੜ੍ਹਾ ਜਿਹਾ ਇੱਧਰ ਉੱਧਰ, ਫਿਰ ਗੋਲ ਗੋਲ ਉਸੇ ਤਰ੍ਹਾਂ ਜਿਹੜਾ ਘੁੰਮਣ ਲੱਗ ਜਾਂਦਾ, ਨਾ ਕਿਸੇ ਪਾਸੇ ਭੱਜਦਾ, ਇਸੇ ਤਰ੍ਹਾਂ ਹੀ ਲਗਾਤਾਰ ਇਹ ਸਿਲਸਿਲਾ ਜਿਹੜਾ ਜਾਰੀ ਹੈ। ਸੋ ਦੇਖ ਸਕਦੇ ਹੋ ਵੀਡੀਓ ਦੇ ਵਿੱਚ, ਇਸ ਤੋਂ ਪਹਿਲਾਂ ਇੱਕ ਵੀਡੀਓ ਸ਼ੇਰ ਦੀ ਜਿਹੜੀ ਵਾਇਰਲ ਹੁੰਦੀ ਹੈ, ਉਹ ਵੀ ਇਸੇ ਤਰ੍ਹਾਂ ਗੋਲ ਗੋਲ ਘੁੰਮਦਾ ਹੁੰਦਾ, ਜਦੋਂ ਉਹਦਾ ਸਮਾਂ ਜਿਹੜਾ ਪੂਰਾ ਹੋ ਜਾਂਦਾ, ਉਹਦਾ ਅੰਤ ਜਿਹੜਾ ਨੇੜੇ ਆ ਜਾਂਦਾ। ਸੋ ਬਿਲਕੁਲ ਉਸੇ ਤਰ੍ਹਾਂ ਇਹ ਚੂਹਾ ਘੁੰਮ ਰਿਹਾ, ਜਿਹਦੇ ਆਪਾਂ ਇਹੀ ਅੰਦਾਜ਼ਾ ਲਾ ਸਕਦੇ ਹਾਂ, ਜਿਵੇਂ ਉਹ ਸ਼ੇਰ ਆਪਣੀ ਜਿਹੜੀ ਜ਼ਿੰਦਗੀ ਹੈ ਪੂਰੀ ਕਰ ਜਾਂਦਾ, ਡੈਥ ਹੋ ਜਾਂਦੀ ਹੈ, ਗੋਲ ਗੋਲ ਘੁੰਮ ਕੇ ਉਹ ਮਰ ਜਾਂਦਾ, ਬਿਲਕੁਲ ਉਸੇ ਤਰ੍ਹਾਂ ਇਹ ਜਿਹੜਾ ਚੂਹਾ ਗੋਲ ਗੋਲ ਘੁੰਮ ਰਿਹਾ। ਸੋ 90-95% ਤਾਂ ਇਹੀ ਹੈ ਵੀ ਇਹਦਾ ਸਮਾਂ ਜਿਹੜਾ ਲਵੇ ਲੱਗ ਗਿਆ, ਹੁਣ ਇਹਨੇ ਜਿਹੜਾ ਜਾਣਾ। ਸੋ ਬਾਕੀ ਹੋਰ ਵੀਰ ਮਿਲਿਆ ਸੀਗਾ, ਉਹਨੇ ਦੇਖ ਲਿਆ ਵੀਡੀਓ ਬਣਾਈ ਜਾਂਦਾ, ਮੈਂ ਉਹਨੂੰ ਪੁੱਛਿਆ ਮੈਂ ਆਹ ਕੀ ਚੱਕਰ ਹੈ, ਕਹਿੰਦਾ ਯਾਰ ਮੈਨੂੰ ਤਾਂ ਐਂ ਲੱਗਦਾ ਵੀ ਭੱਖੜਾ ਖਾਧਾ ਇਹਨੇ, ਜਿਹੜਾ ਇਹਦੇ ਅੰਦਰ ਜਵਾੜੇ 'ਤੇ ਲੱਗ ਗਿਆ ਅਤੇ ਤਾਂ ਇਹ ਗੋਲ ਗੋਲ ਘੁੰਮ ਰਿਹਾ, ਕਹਿੰਦਾ ਦਵਾਈ ਦਵੂਈ ਵਾਲਾ ਕੋਈ ਚੱਕਰ ਤਾਂ ਲੱਗਦਾ ਨਹੀਂ। ਸੋ ਬਾਕੀ ਦੇਖੋ, ਦੋ ਚਿੱਤੀ 'ਚ ਪੈ ਗਏ ਅਸੀਂ ਵੀ, ਸੋ ਕੀ ਇਹ ਚੱਕਰ ਬਣਿਆ। ਘੱਟੋ ਘੱਟ ਹੋ ਸਕਦਾ ਇਹਨੂੰ ਅੱਧਾ 1.5 ਘੰਟਾ ਹੋ ਗਿਆ ਉਹ ਇਸੇ ਤਰ੍ਹਾਂ ਘੁੰਮਦੇ ਨੂੰ। ਸੜਕ ਹੈ, ਸੜਕ ਚੱਲਦੀ ਹੈ, ਅੱਜ ਕੱਲ੍ਹ ਤਾਂ ਕੋਈ ਬੰਦਾ ਨਹੀਂ ਦੇਖਦਾ, ਮੱਧ ਕੇ ਤੁਰ ਜਾਂਦੇ ਹੈ। ਸੋ ਇਹ ਤਾਂ ਫਿਰ ਵੀ ਚੂਹਾ, ਨਿਗਾਹ ਚਲੋ ਮੇਰੀ ਵੀ ਪਏਗੀ, ਕਈ ਬੰਦਿਆਂ ਨੂੰ ਆਦਤ ਹੁੰਦੀ ਹੈ ਇੱਧਰ ਉੱਧਰ ਜ਼ਰੂਰ ਦੇਖਦੇ ਆ, ਪਰ ਹੋ ਸਕਦਾ ਭੱਖੜਾ ਇਹਦੇ ਮੂੰਹ 'ਚੋਂ ਨਿਕਲ ਜੇ, ਜਿਹਦੇ ਬੱਚਿਆ ਵੀ ਇਹਨੂੰ ਉਂਗਲਾ ਤੜ ਜੇ, ਕਿਉਂਕਿ ਇਹ ਤਾਂ ਆਪਦਾ ਗੋਲ ਗੋਲ ਘੁੰਮੀ ਜਾਂਦਾ। ਲੋਕ ਥੱਲੇ ਜਿਹੜਾ ਅੱਜ ਕੱਲ੍ਹ ਘੱਟ ਵੱਧ ਹੀ ਝਾਕਦੇ ਆ, ਬਾਕੀ ਆਪਾਂ ਇਹ ਛੋਟੇ ਜੀਵਾਂ ਨੂੰ ਇੰਨੀ ਕੋਈ ਤਰਜੀਹ ਨਹੀਂ ਦਿੰਦੇ, ਕੀੜੇ ਮਕੌੜੇ ਸਮਝਦੇ ਹਾਂ, ਐਂ ਤਾਂ ਕੋਈ ਇਹਨੂੰ ਹੀ ਮਾਰ ਜੇ ਵੀ ਸਾਲਾ ਜੀਰੀ ਪੜਦਾ ਮਾਰ ਟੁੱਟਣ 'ਚ। ਸੋ ਅੱਗੋਂ ਅਲੱਗ ਅਲੱਗ ਇਨਸਾਨਾਂ ਦੀਆਂ ਭਾਵਨਾਵਾਂ ਹੁੰਦੀਆਂ ਨੇ, ਕੋਈ ਮਾਰਦਾ ਵੀ ਨਹੀਂ, ਕੋਈ ਮਾਰ ਵੀ ਦਿੰਦਾ। ਸੋ ਬਾਕੀ ਗੱਲ ਸਮਝ 'ਚ ਨਹੀਂ ਆਈ ਵੀ ਚੱਕਰ ਕੀ ਹੈ। ਸੋ ਪਹਿਲੀ ਵਾਰ ਇਹ ਦੇਖਿਆ, ਨਹੀਂ ਤਾਂ ਆਪਾਂ ਦਵਾਈ ਦੂਈ ਧਰਦਾ ਨੇ ਚੂਹੇ ਮਰੀ ਪਏ ਹੁੰਦੇ ਆ ਜਾਂ ਬੌਂਦਲ ਕੇ ਬੈਠੇ ਹੁੰਦੇ ਆ, ਪਰ ਐਂ ਫੁਰਤੀ ਨਾਲ ਨਹੀਂ ਉਹ ਘੁੰਮਦੇ, ਪਰ ਇਹ ਪੂਰੀ ਫੁਰਤੀ ਨਾਲ ਜਿਹੜਾ ਗੋਲ ਗੋਲ ਘੁੰਮ ਰਹੇ ਹੈ, ਜਦੋਂ ਵੀ ਖੜਦਾ ਸਾਹ ਫੁੱਲਦਾ ਇਹਦਾ, ਤਾਂ ਪੈਰ ਜ਼ਰੂਰ ਆਪਦੇ ਮੂੰਹ 'ਤੇ ਮਾਰਦਾ ਹੈ। ਇੱਕ ਖਾਕ ਜੀ ਤਾਂ ਤੁਸੀਂ ਦੇਖਿਓ ਧਿਆਨ ਨਾਲ, ਇਹ ਪੈਰ ਮਾਰਦਾ ਕਿਤੇ ਨਾ ਕਿਤੇ, ਸ਼ੱਕ ਹੀ ਪੈਂਦਾ, ਕਿਉਂਕਿ ਲਵੇ ਭੱਖੜਾ ਸੀ, ਭੱਖੜਾ ਮਿੱਠਾ ਹੁੰਦਾ ਖਾਣ 'ਚ, ਜਿਹੜੇ ਭੱਖੜੇ ਦਾ ਕੰਡਾ ਕੁੰਡਾ ਲੱਗ ਗਿਆ ਇਹਦੇ, ਬਸ ਉਹੀ ਇਹਨੇ ਭਮੀਰੀ ਪਾਰ ਕੀ ਹੈ ਭੱਖੜੇ ਨੇ, ਕਿਉਂਕਿ ਜੇ ਮਰਨਾ ਹੁੰਦਾ
ਜ਼ਿਆਦਾ ਟਾਈਮ ਕਿੰਨੀ ਕੁ ਜਾਨ ਹੁੰਦੀ ਇਹਨਾਂ 'ਚ, ਅਗਰ ਦਵਾਈ ਖਾਧੀ ਤਾਂ ਇਹ ਮੰਨ ਲਈਏ ਤਾਂ ਵੀ ਇਹ ਮਰ ਜਾਂਦਾ। ਪਰ ਮੈਨੂੰ ਨਹੀਂ ਲੱਗਦਾ, ਮੇਰੇ ਹਿਸਾਬ ਨਾਲ ਇਹ ਭੱਖੜੇ ਦਾ ਕਾਰਨਾ ਵੀ ਹੈ ਜਿਹੜਾ ਇਹਨੂੰ ਸ਼ਕਤੀਮਾਨ ਬਣਾ ਰੱਖਿਆ। ਪੂਰਾ ਡਬਲ ਚੂਹਾ ਇਹ, ਵੀਡੀਓ 'ਚ ਤੁਹਾਨੂੰ ਛੋਟਾ ਲੱਗਦਾ ਹੋਊ ਪਰ ਜਦੋਂ ਅੱਖੀ ਦੇਖਦੇ ਹਾਂ ਪੂਰਾ ਡਬਲ ਹੈ। ਬਸ ਇਹੀ ਸਰਕਲ ਹੈ ਇਹਦਾ, ਘੁੰਮਦਾ ਘੁੰਮਦਾ ਜਮ੍ਹਾਂ ਇਹ ਮੇਰੇ ਪੈਰਾਂ ਕੋਲ ਆ ਗਿਆ ਇਹ। ਹੋਰ ਇਹਨੂੰ ਕੋਈ ਜਿਹੜੀ ਸੋਝੀ ਨਹੀਂ ਹੈਗੀ, ਕੋਈ ਲੰਘੀ ਜਾਂਦਾ ਹੈ ਮੋਟਰਸਾਈਕਲ ਲੰਘੀ ਜਾਂਦੇ ਆ, ਨਹੀਂ ਜੂਹਾ ਭੱਜ ਕੇ ਪਰਾਂ ਭੱਜ ਜਾਂਦਾ ਨਾ, ਬਸ ਇਸੇ ਦਿਨ ਹੀ ਘੁੰਮੀ ਜਾਂਦਾ ਇਹ, ਪਤਾ ਨਹੀਂ ਕੀ ਚੱਕਰ ਪੈ ਰਿਹਾ। ਬਾਕੀ ਤੁਸੀਂ ਵੀ ਕਮੈਂਟ ਕਰ ਦਿਓ, ਹੋ ਸਕਦਾ ਬਹੁਤਿਆਂ ਨੇ ਇੱਦਾਂ ਅਸੀਂ ਦੇਖਿਆ ਹੋਵੇ ਵੀ ਦਵਾਈ ਖਾਧੀ ਹੈ ਜਾਂ ਫਿਰ ਸਮਾਂ ਲਵੇ ਲੱਗ ਗਿਆ ਜਾਂ ਫਿਰ ਭੱਖੜਾ ਲੱਗ ਗਿਆ। ਸੋ ਇਹ ਅੱਜ ਕੁਦਰਤੀ ਚਾਨਚੱਕ ਰਸਤੇ 'ਚ ਨਿਗਾਹ ਪਏਗੀ ਤਾਂ ਆਪਾਂ ਨੇ ਵੀਡੀਓ ਬਣਾ ਲਈ।